6 ਮਹੀਨੇ ਹੋ ਗਏ ਹੈਗੇ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਹੋਇਆ ਹੈਗਾ। ਅੱਜ ਯੂਐਸ ਦੀ ਗਵਰਨਮੈਂਟ ਨੇ ਆਪਣੇ ਸਾਰੇ ਹੀ ਅਮਰੀਕਨ ਜੋ ਸਿਟੀਜ਼ਨਸ ਆ ਉਹ ਯੂਕਰੇਨ 'ਚ ਇਸ ਟਾਈਮ ਰਹਿ ਰਹੇ ਆ, ਉਹਨਾਂ ਨੂੰ ਇਹ ਕਿਹਾ ਵੀ ਬਹੁਤ ਜਲਦੀ ਤੁਸੀਂ ਯੂਕਰੇਨ ਦੇ ਵਿੱਚੋਂ ਬਾਹਰ ਨਿਕਲ ਆਓ। ਰਸ਼ੀਆ ਇੱਕ ਵਾਰੀ ਫੇਰ ਬਹੁਤ ਜ਼ੋਰ ਦੇ ਨਾਲ ਕਹਿੰਦੇ ਵੀ ਕੋਸ਼ਿਸ਼ ਕਰ ਰਿਹਾ ਹੈਗਾ ਦੁਬਾਰਾ ਕੀ ਵੱਡਾ ਅਟੈਕ ਕਰਨ ਦੇ ਲਈ ਸਿਵਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਤੇ ਗਵਰਨਮੈਂਟ ਫੈਸਿਲਿਟੀਜ਼ ਦੇ ਵਿੱਚ, ਜਿਹਦੇ ਕਰਕੇ ਲੋਕਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈਗਾ। ਪਿਛਲੇ ਬੁੱਧਵਾਰ ਨੂੰ ਐਨਵਰਸਰੀ ਸੀ, 31 ਸਾਲ ਹੋ ਗਏ ਯੂਕਰੇਨ ਨੇ ਜਦੋਂ ਤੋਂ ਹੀ ਸੋਵੀਅਤ ਯੂਨੀਅਨ ਦੇ ਨਾਲ ਆਪਣਾ ਰਿਸ਼ਤਾ ਤੋੜਿਆ ਹੈਗਾ। ਯੂਐਸ ਦੀ ਐਮਬੈਸੀ ਨੇ ਯੂਐਸ ਦੇ ਸਿਟੀਜ਼ਨਸ ਨੂੰ ਇਹ ਕਿਹਾ ਵੀ ਇਮੀਡੀਏਟਲੀ ਜੋ ਵੀ ਤੁਹਾਨੂੰ ਟਰਾਂਸਪੋਰਟੇਸ਼ਨ ਮਿਲਦੀ ਆ ਉੱਥੇ ਚੜ੍ਹ ਕੇ ਤੇ ਨਿਕਲ ਆਓ ਉੱਥੋਂ ਬਾਹਰ ਯੂਕਰੇਨ ਤੋਂ। ਜੀ ਬਿਲਕੁਲ, ਉੱਥੋਂ ਦੇ ਜਿਹੜੇ ਪ੍ਰੈਜੀਡੈਂਟ ਜ਼ੇਲੈਂਸਕੀ ਆ ਉਹਨਾਂ ਨੇ ਜਿਹੜੀ ਫੌਜ ਦਾ ਇੱਕ ਹਿਸਾਬ ਦੇ ਨਾਲ ਨਿਰੀਖਣ ਵੀ ਕੀਤਾ, ਉਹਨਾਂ ਨੂੰ ਸਲਾਮੀ ਵੀ ਜਿਹੜੀ ਉਹ ਦਿੱਤੀ ਗਈ, ਜਿੱਦਾਂ ਤੁਸੀਂ ਕਿਹਾ ਵੀ ਇੱਕ ਹਿਸਾਬ ਦੇ ਨਾਲ ਆਜ਼ਾਦੀ ਦਾ ਦਿਨ ਯੂਕਰੇਨ ਵਾਲੇ ਆ ਉਹ ਉਹਨਾਂ ਨੇ ਆਪਣਾ ਜਿਹੜਾ ਮਨਾਇਆ ਹੈਗਾ ਆ। ਅਤੇ ਇਹ ਇੱਕ ਵੱਡਾ ਖਤਰਾ ਜਿਹੜਾ ਨਾਲ ਦੇ ਨਾਲ ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕੀਤਾ ਆ, ਪਿਛਲੀ ਵਾਰੀ ਵੀ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਨ ਦਾ ਮਨ ਬਣਾਇਆ ਸੀ, ਯੂਐਸ ਦੀਆਂ ਇੰਟੈਲੀਜੈਂਸ ਨੇ ਇਸ ਦੇ ਬਾਰੇ ਕਨਸੋਹਾਂ ਕਈ ਮਹੀਨੇ ਪਹਿਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਅਤੇ ਫਿਰ ਉਹੀ ਚੀਜ਼ ਜਿਹੜੀ ਉਹ ਆਪਾਂ ਦੇਖੀ ਵਾਪਰੀ ਸੀਗੀ। ਸੋ ਹੁਣ ਡਿਪਾਰਟਮੈਂਟ ਆਫ ਸਟੇਟ ਨੇ ਵੀ ਇਹ ਜਾਣਕਾਰੀ ਦਿੱਤੀ ਆ ਵੀ ਰੂਸ ਵਾਲੇ ਆਪਣਾ ਜੋ ਵੀ ਹਮਲਾ ਆ ਉਸਨੂੰ ਹੋਰ ਤੇਜ਼ ਕਰ ਸਕਦੇ ਨੇ। ਆਪਾਂ ਦੇਖਿਆ ਵੀ ਰੂਸ ਦੇ ਬਹੁਤ ਹੀ ਨਜ਼ਦੀਕੀ ਮਿੱਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ, ਜਿਸ ਦੇ ਵਿੱਚ ਉਹ ਤਾਂ ਬਚ ਗਿਆ ਪਰ ਉਸਦੀ ਕੁੜੀ ਜਿਹੜੀ ਉਹ ਨਿਸ਼ਾਨਾ ਬਣ ਗਈ, ਉਸਦੀ ਮੌਤ ਹੋ ਗਈ। ਸੋ ਇਹ ਵੀ ਹੋ ਸਕਦਾ ਵੀ ਉਸ ਦਾ ਜਿਹੜਾ ਬਦਲੇ ਦੇ ਵਜੋਂ ਇਹ ਆਪਣਾ ਹਮਲਾ ਆ ਉਹ ਤੇਜ਼ ਕਰ ਸਕਦੇ ਹੋਣ। ਸੋ ਕਹਿੰਦੇ ਵੀ ਯੂਕਰੇਨ ਨੂੰ ਲਗਾਤਾਰ ਮਦਦ ਜਿਹੜੀ ਆ ਉਹ ਮਿਲ ਰਹੀ ਹੈਗੀ ਆ। ਸੋ ਯੂਕਰੇਨ ਦੀ GDP ਦੇ ਵਿੱਚ ਕਾਫੀ ਹੱਦ ਤੱਕ ਹੁਣ ਬਾਹਰੋਂ ਹੀ ਜਿਹੜੀ ਮਨੀ ਆ ਰਾਸ਼ੀ ਆ ਉਹ ਉਹਨਾਂ ਨੂੰ ਮਿਲ ਰਹੀ ਆ, ਰੂਸ ਦੇ ਨਾਲ ਲੜਨ ਦੇ ਦੌਰਾਨ ਆਪਣੇ ਨਾਗਰਿਕਾਂ ਨੂੰ ਆਪਣੇ ਰਹਿਣ ਵਾਲੇ ਬਸ਼ਿੰਦਿਆਂ ਨੂੰ ਭੋਜਨ ਪਾਣੀ ਅਤੇ ਹੋਰ ਇਨਫਰਾਸਟ੍ਰਕਚਰ ਆ ਉਸ ਦੀ ਵਿਵਸਥਾ ਜਿਹੜੀ ਆ ਉਹ ਪੂਰੀ ਕਰਕੇ ਰੱਖਣ ਦੇ ਲਈ। ਰੂਸ ਨੇ ਇਹ ਕਹਿ ਕੇ ਹਮਲਾ ਕੀਤਾ ਸੀਗਾ ਵੀ ਕੁਛ ਨਾਜ਼ੀ ਐਲੀਮੈਂਟਸ ਯੂਕਰੇਨ ਦੇ ਵਿੱਚ ਉਹ ਸਿਰ ਚੱਕ ਰਹੇ, ਅਸੀਂ ਉਹਨਾਂ ਨੂੰ ਖਤਮ ਕਰਨਾ ਆ ਅਤੇ ਬੜਾ ਛੋਟਾ ਜਿਹਾ ਮਿਲਟਰੀ ਓਪਰੇਸ਼ਨ ਹੋਵੇਗਾ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਇੱਥੇ ਇਸ ਮੌਕੇ ਜਿਹੜਾ ਆ ਉਹ 6 ਮਹੀਨੇ ਇਹ ਇਸ ਹਮਲੇ ਨੂੰ ਸ਼ੁਰੂ ਕੀਤਿਆਂ ਨੂੰ ਹੋ ਚੁੱਕੇ ਆ। ਜੀ ਬਿਲਕੁਲ, ਜੋ ਨਵੇਂ ਸੈਟੇਲਾਈਟ ਇਮੇਜਸ ਆਏ ਆ ਮੈਕਸ ਟੈਕਨੋਲੋਜੀ ਤੋਂ, ਉਹਨਾਂ ਦੇ ਮੁਤਾਬਕ ਜੈਪੁਰਜ਼ ਜਾਂ ਜੋ ਨਿਊਕਲੀਅਰ ਪਾਵਰ ਪਲਾਂਟ ਹੈਗਾ ਆ ਉੱਥੇ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਸਾਈਨ ਨਹੀਂ ਹੈਗਾ, ਕੋਈ ਸਿਸਟਮੈਟਿਕ ਸ਼ੈਲਿੰਗ ਹੋਈ ਹੈਗੀ ਆ। ਈਵਨ ਦੋ ਰਸ਼ੀਆ ਦੇ ਪ੍ਰੈਜੀਡੈਂਟ ਵਲਾਡੀਮੀਰ ਪੁਟਿਨ ਬਾਰ ਬਾਰ ਇਹ ਕਹਿ ਰਹੇ ਆ ਵੀ ਅਸੀਂ ਮਿਲਟਰੀ ਸਟ੍ਰਾਈਕ ਇਸ ਫੈਸਿਲਿਟੀ ਦੇ ਉੱਤੇ ਕੀਤੀ ਹੈਗੀ ਆ। ਦੋਨਾਂ ਮੁਲਕਾਂ ਦੇ ਵਿੱਚ ਟੈਂਸ਼ਨ ਇੱਕ ਵਾਰੀ ਫੇਰ ਹਾਈਐਸਟ ਪੁਆਇੰਟ ਤੇ ਪਹੁੰਚੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਦਾਰੀਆ ਦੁਗੀਨਾ ਰਸ਼ੀਅਨ ਪੋਲੀਟੀਕਲ ਕਮੈਂਟੇਟਰ, ਇੱਕ ਬਹੁਤ ਹੀ ਪ੍ਰੋਮੀਨੈਂਟ ਉੱਥੇ ਦਾ ਅਲਟਰਾ ਨੈਸ਼ਨਲਿਸਟ ਹੈਗਾ ਅਲੈਗਜ਼ੈਂਡਰ ਡੂਗਿਨ, ਉਹਦੀ ਬੇਟੀ ਦਰੀਆ ਦੁਗੀਨਾ ਦਾ ਕਤਲ ਜਿਹੜਾ ਕਰ ਦਿੱਤਾ ਗਿਆ, ਉੱਥੇ ਉਹਦੀ ਕਾਰ ਦੇ ਵਿੱਚ ਬੰਬ ਫਿੱਟ ਕੀਤਾ ਗਿਆ ਸੀ। ਤੇ ਜੋ ਰਸ਼ੀਆ ਦੀ ਤਾਸ ਉੱਥੇ ਦੀ ਏਜੰਸੀ ਹੈਗੀ ਆ ਉਹ ਇਹ ਕਹਿ ਰਹੇ ਆ ਵੀ ਇਸ ਹੱਤਿਆ ਦੇ ਪਿੱਛੇ ਯੂਕਰੇਨ ਦੀ ਸਪੈਸ਼ਲ ਸਰਵਿਸਿਜ਼ ਦਾ ਹੱਥ ਹੈਗਾ ਆ। ਰਸ਼ੀਆ ਦੀ ਫੈਡਰਲ ਸਿਕਿਉਰਿਟੀ ਸਰਵਿਸ ਨੇ ਵੀ ਇੱਕ ਲੇਡੀ ਦਾ ਨਾਮ ਦੱਸਿਆ ਆ ਜਿਸ ਨੇ ਇਹ ਜੋ ਬੰਬ ਆ ਉਸ ਕਾਰ ਦੇ ਥੱਲੇ ਇੰਸਟਾਲ ਕੀਤਾ ਸੀ। ਕਹਿੰਦੇ ਵੀ ਇਹ ਲੇਡੀ ਇਸਟੋਨੀਆ ਤੋਂ ਫਲਾਈ ਕਰਕੇ ਰਸ਼ੀਆ ਦੇ ਵਿੱਚ ਆਈ ਸੀ। ਯੂਕਰੇਨ ਵਾਲੇ ਕਹਿ ਰਹੇ ਆ ਵੀ ਸਾਡੀ ਕਿਸੇ ਤਰ੍ਹਾਂ ਦੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਨਹੀਂ। ਦੁਗੀਨਾ ਐਡੀਟਰ ਸੀ ਰਸ਼ੀਅਨ ਡਿਸ ਇਨਫੋਰਮੇਸ਼ਨ ਵੈਬਸਾਈਟ ਦੀ, ਵੈਬਸਾਈਟ ਸੀ, ਬਹੁਤ ਗਲਤ ਇਨਫੋਰਮੇਸ਼ਨ ਉਹ ਫੈਲਾਉਂਦੇ ਸੀ। ਉਹਦੀ ਕਾਰ ਦੇ ਥੱਲੇ ਬੰਬ ਲਾਇਆ ਗਿਆ ਸੀ ਜਿਹਦੇ ਨਾਲ ਉਹ ਬਲਾਸਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ।